ਸਤਿ ਸ਼੍ਰੀ ਅਕਾਲ ਸਰ ਜੀ, ਅੱਜ ਮੈਂ ਤੁਹਾਨੂੰ ਅੱਜ ਆਪਣੇ ਸਵੇਰੇ 6 ਤਰੀਕ ਦੀ ਮੋਰਨਿੰਗ ਟਾਈਮ ਸਵੇਰੇ 7 ਵਜੇ ਦੀ ਸ਼ਿਫਟ ਦੇ ਜੋ ਪੰਜਾਬ ਪੁਲਿਸ ਕੋਂਸਟੇਬਲ ਦੇ ਟ੍ਰਾਇਲ ਨੇ ਉਹਨਾਂ ਬਾਰੇ ਦੱਸਣਾ ਚਾਹੁੰਦੀ ਹਾਂ। ਫਸਟ ਆਫ ਆਲ ਪਹਿਲਾਂ ਤਾਂ ਆਪਣੇ ਚੈਨਲ ਜਿਹੜਾ ਦੀਪ ਜੋ ਪੋਰਟਲ ਹੈ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ। ਉਹਨਾਂ ਦੀ ਵੀਡੀਓਜ਼ ਇੰਨੀ ਮੋਟੀਵੇਸ਼ਨਲ ਹੈ ਕਿ ਬੰਦਾ ਉਹਨਾਂ ਨੂੰ ਦੇਖ ਕੇ ਮੋਟੀਵੇਟ ਹੋ ਜਾਵੇ। ਇਹ ਬਹੁਤ ਹੀ ਜ਼ਿਆਦਾ ਹੈਲਪਫੁਲ ਰਹੇ ਆ, ਉਹਨਾਂ ਨੇ ਬਹੁਤ ਸਪੋਰਟ ਕੀਤਾ ਸਾਨੂੰ। ਪਹਿਲਾਂ ਤਾਂ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਆਪਣੀ ਐਂਟਰੀ ਹੁੰਦੀ ਆ ਗੇਟ ਤੋਂ, ਉੱਥੇ ਆਪਣੇ ਆਪਣਾ ਐਡਮਿਟ ਕਾਰਡ ਅਤੇ ਆਪਣੇ ਆਧਾਰ ਕਾਰਡ ਅਤੇ ਕੋਵਿਡ ਟੈਸਟ ਦੀ ਰਿਪੋਰਟ ਦੇ ਚੈੱਕ ਹੁੰਦੀ ਆ। ਉਸ ਤੋਂ ਬਾਅਦ ਜਦੋਂ ਆਪਣਾ ਐਂਟਰੀ ਮਿਲ ਜਾਂਦੀ ਹੈ ਤਾਂ ਉੱਥੇ ਇੱਕ ਫੋਰਮ ਮਿਲਦਾ, ਫਾਈਲ ਮਿਲਦੀ ਆ ਜਿੱਥੇ ਆਪਣਾ ਰੋਲ ਨੰਬਰ ਵਗੈਰਾ ਲੱਗਿਆ ਹੁੰਦਾ। ਉਹ ਫਾਈਲ ਲੈ ਕੇ ਜਾ ਕੇ ਉਸ ਤੋਂ ਅੱਗੇ ਚੈਕਿੰਗ ਵਗੈਰਾ ਹੁੰਦੀਆਂ ਨੇ, ਟੀ ਸ਼ਰਟਸ ਵਗੈਰਾ ਦਿੱਤੀਆਂ ਜਾਂਦੀਆਂ ਨੇ, ਫਿਰ ਉਹ ਮੇਨ ਗਰਾਊਂਡ 'ਚ ਲੈ ਕੇ ਜਾਂਦੇ ਨੇ ਅੰਦਰ। ਉਸ ਤੋਂ ਬਾਅਦ ਗਰਾਊਂਡ 'ਚ ਲੈ ਕੇ ਜਾ ਕੇ ਪਹਿਲਾਂ ਤਾਂ ਉਹ ਬਾਇਓਮੈਟ੍ਰਿਕਸ ਵਗੈਰਾ ਕਰਦੇ ਨੇ, ਉਸ ਤੋਂ ਬਾਅਦ ਫਿਰ ਕੱਦ ਵਗੈਰਾ ਚੈੱਕ ਕਰਦੇ ਜਾਂਦੇ ਨੇ, ਜਿਸ PMT 'ਚ ਆਪਣਾ ਹਾਈਟ ਵਗੈਰਾ ਚੈੱਕ ਕਰਦੇ ਨੇ। ਆਪਣੀ ਇਸ ਵਾਰ ਆਪਣੀ ਜਿਹੜੀ PMT 'ਚ ਹਾਈਟ ਵਗੈਰਾ ਚੈੱਕ ਹੋ ਰਹੀ ਹੈ, ਸੈਂਸਰਸ ਨਾਲ ਇਲੈਕਟ੍ਰੋਨਿਕ ਹੈ, ਇਲੈਕਟ੍ਰਿਸਿਟੀ ਦੇ ਥਰੂ ਚੱਲਦੀ ਹੈ। ਇਲੈਕਟ੍ਰੋਨਿਕ ਮਤਲਬ ਸਭ ਕੁਛ ਇਲੈਕਟ੍ਰੋਨਿਕ ਹੀ ਆ ਅਤੇ ਕੰਪਿਊਟਰਾਈਜ਼ਡ ਹੈ ਸਭ ਕੁਛ। ਉਸ ਤੋਂ ਬਾਅਦ ਜਦੋਂ ਆਪਣਾ PMT ਹੋ ਜਾਂਦਾ ਹੈ ਕੁਆਲੀਫਾਈਡ, ਉਸ ਤੋਂ ਬਾਅਦ ਉਹ ਅੱਗੇ ਆ ਜਾਂਦੇ ਨੇ ਤਾਂ ਆਪਣੇ ਜਿਹੜਾ ਪਿੱਛੇ ਵੀ ਬਾਇਓਮੈਟ੍ਰਿਕਸ ਦੇ ਡਾਕੂਮੈਂਟਸ ਵਗੈਰਾ ਆਉਂਦੇ ਨੇ ਉਹ ਚੈੱਕ ਕਰਦੇ ਨੇ। ਉਸ ਤੋਂ ਬਾਅਦ ਆਪਣੀ ਚਿਪ ਲੱਗਦੀ ਹੈ ਇੱਕ, ਜਿਹੜੀ ਆਪਣੇ ਰਨਿੰਗ ਟਾਈਮ ਲਈ ਚਾਹੀਦੇ ਸੈਂਸਰ ਜਿਵੇਂ ਆਪਾਂ ਯੂਜ ਕਰਦੇ ਹਾਂ ਉਹ ਲੱਗਦਾ ਹੈ, ਦੋਨੋਂ ਪੈਰਾਂ 'ਚ ਲੱਗਦੇ ਨੇ। ਉਹ ਜਦੋਂ ਲੱਗ ਜਾਂਦੇ ਨੇ ਤਾਂ ਅੱਗੇ ਜਾ ਕੇ ਉਹਨਾਂ ਦੀ ਚੈਕਿੰਗ ਹੁੰਦੀ ਆ, ਦੈਨ ਉਸ ਤੋਂ ਬਾਅਦ ਰਨਿੰਗ ਆਉਂਦੀ ਆ। ਰਨਿੰਗ ਟਾਈਮ ਆਪਣਾ 20-20 ਦਾ ਗਰੁੱਪ ਹੈ ਜਿਹੜਾ ਕੁੜੀਆਂ ਦਾ ਭੇਜਿਆ ਗਿਆ ਸੀਗਾ ਅੱਜ। 20-20 ਦੇ ਗਰੁੱਪ 'ਚ ਹੀ ਕੁੜੀਆਂ ਨੇ ਮਤਲਬ ਬੇਸਿਕਲੀ ਸਭ ਨੇ ਹੀ ਕਲੀਅਰ ਕਰ ਲਿਆ ਸੀਗਾ। ਉਸ ਤੋਂ ਬਾਅਦ ਆਪਣੀ 10-15 ਮਿੰਟ ਦਾ ਗੈਪ ਸੀਗਾ, ਜਿਹਦੇ 'ਚ 10-15 ਮਿੰਟ ਦੇ ਗੈਪ 'ਚ ਆਪਣਾ ਉਸ ਤੋਂ ਬਾਅਦ ਜਿਹੜੀ ਲੌਂਗ ਜੰਪ ਸੀਗੀ, ਹਾਂਜੀ ਲੌਂਗ ਜੰਪ ਵੀ ਬੇਸਿਕਲੀ ਸਾਡੇ ਗਰੁੱਪ ਜਿਵੇਂ ਸੀਗਾ 20-20 ਦਾ ਗਰੁੱਪ ਸੀਗਾ ਤਾਂ ਉਹਨਾਂ 'ਚੋਂ ਅਸੀਂ 2 ਕੁੜੀਆਂ ਸੀਗੀ ਜਿਨ੍ਹਾਂ ਨੇ ਸਾਰਾ ਹੀ ਕਲੀਅਰ ਕੀਤਾ ਹੈ। ਬਿਕੋਜ਼ ਲੌਂਗ ਜੰਪ 'ਚ ਬਹੁਤ ਕੁੜੀਆਂ ਰਹਿ ਰਹੀ ਸੀ, ਕਈਆਂ ਦੇ ਫਾਊਲ ਹੋ ਰਹੇ ਸੀ, ਕਈਆਂ ਦੇ ਲਾਈਨ 'ਤੇ ਪੈਰ ਆ ਰਹੇ, ਲਾਈਨ 'ਤੇ ਹੀ ਨਹੀਂ ਜਾ ਹੋ ਰਹੇ ਸੀ, ਪਿੱਛੇ ਹੀ ਰਹਿ ਰਹੇ ਸੀ। ਇਸ ਕਰਕੇ ਸਾਡੇ 2 ਕੁੜੀਆਂ ਦੇ ਲੌਂਗ ਜੰਪ ਕਲੀਅਰ ਹੋਏ। ਉਸ ਤੋਂ ਬਾਅਦ ਹਾਈ ਜੰਪ ਦੀ ਵੀ ਟੈਕਨੀਕ ਉੱਥੇ ਵਧੀ ਸੀ, ਉੱਥੇ ਉਹ ਆਪਣੀ ਮਰਜ਼ੀ ਪੁੱਛਦੇ ਨੇ ਕਿ ਤੁਸੀਂ ਗੱਦੇ 'ਤੇ ਲਗਾਉਣੀ ਆ ਜਾਂ ਫਿਰ ਬਿਨਾਂ ਗੱਦੇ ਤੋਂ ਲਗਾਉਣੀ ਆ, ਉਹ ਆਪਣੀ ਮਰਜ਼ੀ ਹੁੰਦੀ ਆ ਬਈ। ਉਸ ਤੋਂ ਬਾਅਦ ਇਹ ਹਾਈ ਜੰਪ ਜਦੋਂ ਕਲੀਅਰ ਹੋ ਜਾਂਦਾ, ਫਿਰ ਉਸ ਤੋਂ ਬਾਅਦ ਜਿਹੜੇ ਬੱਚੇ ਸਿਲੈਕਟਿਡ ਨੇ ਉਹਨਾਂ ਦੇ ਡਾਕੂਮੈਂਟ ਵੈਰੀਫਿਕੇਸ਼ਨਸ ਹੁੰਦੀਆਂ ਨੇ, ਫਿਰ ਉਹਨਾਂ ਨੇ ਓਰਿਜਨਲ ਦੇ ਨਾਲ ਆਪਣੇ ਜਿਹੜੇ ਸੈਲਫ ਅਸੈਸਡ ਡਾਕੂਮੈਂਟਸ ਨੇ ਫੋਟੋ ਕਾਪੀ ਵਾਲੇ ਉਹ ਚੈੱਕ ਕਰਦੇ ਨੇ, ਜਿਹੜੇ ਉਹਨਾਂ ਕੋਲ ਸਕੈਨ ਹੁੰਦੇ ਨੇ ਫਿਰ ਸਾਰੇ ਡਾਕੂਮੈਂਟਸ। ਉਸ ਤੋਂ ਬਾਅਦ ਜਦੋਂ ਸਭ ਕੁਛ ਵੈਰੀਫਾਈ ਹੋ ਜਾਂਦਾ ਨਾ, ਤੁਹਾਡੀ ਸਿਲੈਕਸ਼ਨ ਉਹਨਾਂ ਨੇ ਉਹ ਕਰਦੇ ਨੇ, ਉਹਨਾਂ ਨੇ ਕਹਿਣਾ ਓਕੇ, ਫਿਰ ਉਹ ਤੁਹਾਨੂੰ ਭੇਜ ਦਿੰਦੇ ਨੇ। ਬਸ ਇਹ ਸਾਰਾ ਹੀ ਪ੍ਰੋਸੈਸ ਇਹੀ ਹੈ ਬਸ ਇੰਨਾ ਕੁ। ਬਾਕੀ ਥੈਂਕ ਯੂ, ਤੁਹਾਡੇ ਚੈਨਲ ਦਾ ਬਹੁਤ ਮੋਟੀਵੇਸ਼ਨ ਮਿਲਦੀ ਹੈ ਇਸ ਦੀਪ ਜੋਬ ਪੋਰਟਲ ਚੈਨਲ ਤੋਂ। ਥੈਂਕ ਯੂ ਸੋ ਮਚ ਸਰ।